ਅੱਸੀ ਗੱਲ ਜੀ ਪੰਜਾਬੀ ਸਪੋਰਟਸ ਸਟਾਰ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਤੁਹਾਡੇ ਲਈ ਅਸੀਂ ਇੱਕ ਹੋਰ ਫੁੱਟਬਾਲ ਦੀ ਡ੍ਰਿਲ ਲੈ ਕੇ ਆਏ ਆ ਪਾਸਿੰਗ ਰੀਸੀਵਿੰਗ ਐਂਡ ਟਰਨਿੰਗ ਜਿਵੇਂ ਤੁਸੀਂ ਦੇਖ ਰਹੇ ਹੋ ਇਸ ਤਰ੍ਹਾਂ ਸੈਟਅਪ ਕਰਨਾ 10-10 ਜਾਰਟ ਤੇ ਮਾਰਕਰ ਰੱਖ ਲੈਣੇ ਨੇ ਇਹਦੇ ਵਿੱਚ ਚਾਰ ਪਲੇਅਰ ਚਾਹੀਦੇ ਨੇ ਚਲੋ ਬੱਚੇ ਸਟਾਰਟ ਕਰੋ ਵਿਚ ਵਾਲੇ ਪਲੇਅਰ ਨੇ ਪਾਸ ਲੈ ਕੇ ਖਾਲੀ ਪਲੇਅਰ ਨੂੰ ਦੇਣੀ ਆ ਇਸ ਤੇ ਆਲੇ-ਦਾਲੇ ਦੇਖਣਾ ਤੇ ਪਾਸ ਦੂਏ ਨੂੰ ਦੇ ਦੇਣੀ ਆ ਇਦੇ ਵਿੱਚ ਸਭ ਤੋਂ ਵੱਡੀ ਗੱਲ ਆ ਜਿਹੜਾ ਸਾਈਡਾਂ ਵਾਲੇ ਪਲੇਅਰ ਵੀ ਮੂਵ ਕਰਨਗੇ ਸਾਈਡਾਂ ਵਾਲੇ ਪਲੇਅਰ ਨੇ ਪਾਸ ਦੇ ਕੇ ਖਾਲੀ ਜਗ੍ਹਾ ਤੇ ਸਪ੍ਰਿੰਟ ਲਾਉਣੀਆਂ ਤੇ ਵਿਚਾਲਾ ਪਲੇਅਰ ਇੱਕ ਪਲੇਅਰ ਤੋਂ ਬਾਲ ਲੈ ਕੇ ਜਿਹੜਾ ਪਲੇਅਰ ਖਾਲੀ ਆ ਉੱਤੇ ਨਿਗਾਹ ਰੱਖ ਕੇ ਉਸ ਨੂੰ ਬਾਲ ਦੇ ਦੂਗਾ ਸ਼ਾਬਾਸ਼ ਆਲੇ-ਦਾਲੇ ਦੇਖੋ ਬਾਲ ਪਾਸਿੰਗ ਕੁਆਲਿਟੀ ਸਹੀ ਕਰੋ ਵਧੀਆ ਪਾਸ ਕਰੋ ਇਦੇ ਵਿੱਚ ਸਾਰੇ ਪਲੇਅਰਾਂ ਦਾ ਜ਼ੋਰ ਲੱਗਦਾ ਬਾਹਰਲੇਆਂ ਦਾ ਵੀ ਸਪ੍ਰਿੰਟਾਂ ਲੱਗਦੀਆਂ ਨੇ ਵਿਚਲੇ ਵਾਲੇ ਦੀ ਵੀ ਜ਼ੋਰ ਲੱਗਦਾ ਚਲੋ ਬੱਚਿਓ ਸ਼ੁਰੂ ਕਰੋ ਹਾਂਜੀ ਇਹ ਚ ਹੁਣ ਥੋੜੀ ਜਿਹੀ ਅਸੀਂ ਪ੍ਰੋਗਰੈਸ ਕਰਤੀ ਇੱਕ ਡਿਫੈਂਡਰ ਐਡ ਕਰਤਾ ਜਿਹੜਾ ਵਿਚ ਵਾਲਾ ਪਲੇਅਰ ਆ ਉਹਦੇ ਡਿਫੈਂਡਰ ਤੇ ਨਿਗਾਹ ਰੱਖਣੀ ਆ ਉਹਨੇ ਪਿੱਛੇ ਦੇਖਣਾ ਡਿਫੈਂਡਰ ਨੂੰ ਡਿਫੈਂਡਰ ਦੀ ਪੋਜੀਸ਼ਨ ਦੇਖ ਕੇ ਉਹ ਤੋਂ ਬਹੁਤ ਟਰਨ ਕਰਨਾ ਅਤੇ ਖਾਲੀ ਪਲੇਅਰ ਨੂੰ ਦੇਣਾ ਹਾਂ ਆਲੇ-ਦਾਲੇ ਦੇਖੋ ਡਿਫੈਂਡਰ ਤੇ ਨਿਗ੍ਹਾ ਰੱਖੋ ਜਿਹੜੀ ਇਹ ਡ੍ਰਿਲ ਹੈ ਬਹੁਤ ਵਧੀਆ ਡ੍ਰਿਲ ਆ ਖਾਸ ਕਰਕੇ ਸੈਂਟਰ ਮਿਡਫੀਲਡਰ ਤੇ ਸਟ੍ਰਾਈਕਰ ਲਈ ਇਹਦੇ ਵਿੱਚ ਕਾਫੀ ਜ਼ੋਰ ਲੱਗਦਾ ਪਲੇਅਰਾਂ ਦਾ ਬਾਹਰਲੇਆਂ ਦਾ ਵੀ ਵਿਚ ਵਾਲਿਆਂ ਦਾ ਵੀ ਇਹ ਜਿਹੜੀ ਐਕਸਰਸਾਈਜ਼ ਹੈ ਤੁਸੀਂ ਕਿਸੇ ਵੀ ਏਜ ਕੈਟਾਗਰੀ ਨੂੰ ਕਰਾ ਸਕਦੇ ਹੋ ਛੋਟਿਆਂ ਨੂੰ ਵੀ ਕਰਾ ਸਕਦੇ ਹੋ ਵੱਡਿਆਂ ਨੂੰ ਵੀ ਕਰਾ ਸਕਦੇ ਹੋ ਤੇ ਥੋੜੇ ਜਿਹੇ ਟਾਈਮ ਬਾਅਦ ਵਿਚ ਵਾਲਾ ਪਲੇਅਰ ਤੁਸੀਂ ਚੇਂਜ ਕਰਨਾ ਹਾਂਜੀ ਸਾਡਾ ਇਹ ਚੈਨਲ ਬਣਾਉਣ ਦਾ ਇੱਕੋ ਇੱਕ ਮਕਸਦ ਆ ਵੀ ਪੰਜਾਬ ਦੇ ਵਿੱਚ ਸਪੋਰਟਸ ਨੂੰ ਖਾਸ ਕਰਕੇ ਫੁੱਟਬਾਲ ਨੂੰ ਵੱਧੋ ਵੱਧ ਪ੍ਰਮੋਟ ਕਰਨਾ ਕਿਉਂਕਿ ਜ਼ਿਆਦਾਤਰ YouTube ਤੇ ਚੈਨਲ ਨੇ ਜਿਹੜੇ ਉਹ ਇੰਗਲਿਸ਼ ਚ ਨੇ ਤੇ ਸਾਡਾ ਪੂਰਾ ਠੇਠ ਪੰਜਾਬੀ ਚ ਚੈਨਲ ਆਸੀਂ ਐਕਸਪਲੇਨ ਸਾਰਾ ਪੰਜਾਬੀ ਚ ਕਰਦੇ ਹਾਂ ਹੋਰ ਵੀ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਾਡੇ ਨਾਲ ਜੁੜੇ ਰਹੋ ਧੰਨਵਾਦ